ਸ੍ਰੀ ਅਕਾਲ ਦੋਸਤੋ ਮੈਂ ਰੇਸ਼ਮ ਸਿੱਧੂ ਤੁਸੀਂ ਦੇਖ ਰਹੇ ਹੋ ਫਾਸਟ ਨਿਊਜ਼ ਟੁਡੇ 6ਵੇਂ ਪੰਚਾਇਤੀ ਆਮ ਚੁਣਾਵਾਂ ਨੂੰ ਲੈ ਕੇ ਜਿਹੜੇ ਸਰਸਾ ਜ਼ਿਲ੍ਹੇ ਦੇ ਅਲੱਗ ਅਲੱਗ ਬਲਾਕਾਂ ਦੇ ਡਰਾਅ ਕੱਢ ਦਿੱਤੇ ਗਏ ਹੈ ਅੱਜ 30 ਜੂਨ ਨੂੰ ਹੈ ਜਿਹੜੇ ਵੱਡਾ ਗੁੜਾ ਬਲਾਕ ਔਟਾਂ ਬਲਾਕ ਔਰ ਟਵਾੜੀ ਬਲਾਕ ਦੇ ਜਿਹੜੇ SDM ਦੀ ਮੌਜੂਦਗੀ 'ਚ ਡਰਾਅ ਕੱਢੇ ਗਏ ਹੈ ਜਿਹੜੇ ਸਰਪੰਚ ਪਦ ਦੀਆਂ ਮਹਿਲਾ ਔਰ SC ਵਰਗ ਵਾਸਤੇ ਕੈਟੇਗਰੀ ਵਾਸਤੇ ਜਿਹੜੇ ਰਿਜ਼ਰਵ ਕੀਤੇ ਗਏ ਆ ਉਹ ਡਰਾਅ ਕੱਢੇ ਗਏ ਨੇ ਵੱਡਾ ਗੁੜਾ ਦੇ ਬਲਾਕ ਦੀ ਗੱਲ ਕਰੀਏ ਤਾਂ ਵੱਡਾ ਗੁੜਾ ਬਲਾਕ ਦੇ 44 ਪਿੰਡ ਆ ਔਰ ਇਸ ਵਾਰ ਜਿਹੜੇ BDPO ਦਫ਼ਤਰ 'ਚ ਕਾਲਾਵਾਲੀ ਦੇ SDM ਨਿਰਮਲ ਨਾਗਰ ਜੀ ਪਹੁੰਚੇ ਵਿਸ਼ੇਸ਼ ਤੌਰ 'ਤੇ ਉਹਨਾਂ ਦੀ ਮੌਜੂਦਗੀ 'ਚ ਡਰਾਅ ਕੱਢਿਆ ਗਿਆ ਤੁਹਾਨੂੰ ਦੱਸ ਦਈਏ 44 ਪਿੰਡਾਂ 'ਚੋਂ ਆ ਜਿਹੜੇ 12 ਪਿੰਡ ਆ ਜਿਹੜੇ ਉਹ ਓਪਨ ਵਰਗ ਦੇ ਜਰਨਲ ਵਰਗ ਦੇ ਮਹਿਲਾ ਵਾਸਤੇ ਰਿਜ਼ਰਵ ਰੱਖੇ ਗਏ ਆ ਔਰ 9 ਹੈ ਜਿਹੜੇ ਅਨੁਸੂਚਿਤ ਜਾਤੀ ਵਾਸਤੇ ਰਿਜ਼ਰਵ ਰੱਖੇ ਗਏ ਆ ਜਿਸ ਵਿੱਚੋਂ 3 ਪਦ ਹੈਗੇ ਜਿਹੜੇ ਉਹ ਮਹਿਲਾ ਵਾਸਤੇ ਰੱਖੇ ਗਏ ਆ ਔਰ ਬਾਕੀ ਜਿਹੜੇ 44 ਪਿੰਡਾਂ 'ਚੋਂ 23 ਪਿੰਡ ਹੈ ਉਹ 23 ਪਿੰਡ ਆ ਜਿਹੜੇ ਓਪਨ ਵਰਗ 'ਚ ਰੱਖੇ ਗਏ ਆ ਤੁਹਾਨੂੰ ਦੱਸ ਦਈਏ ਕਿ ਜਿਹੜੀ ਲਿਸਟ ਆ ਮੇਰੇ ਹੱਥ 'ਚ ਹੈ ਕਿ ਵੱਡਾ ਗੁੜਾ ਬਲਾਕ ਦੇ ਜਿਹੜੇ ਜਰਨਲ ਕੈਟੇਗਰੀ ਵਾਸਤੇ ਮਹਿਲਾ ਵਾਸਤੇ ਆਰਕਸ਼ਿਤ ਕੀਤੇ ਗਏ ਉਹਨਾਂ 'ਚ ਵੱਡਾ ਗੁੜਾ ਬੁਰਜ ਕਰਮਗੜ ਅਲੀਕਾ ਬੁੱਢਾ ਪਾਣਾ ਸਾਰਨੀ ਕਿਰਾੜਕੋਟ ਰਘੂਆਣਾ ਕਰਮਗੜ ਰੋੜੀ ਦੌਲਪੁਰ ਖੇੜਾ ਭਾਦੜਾ ਅਤੇ ਸੂਤੀਆ ਇਹ ਜਿਹੜੇ 12 ਪਿੰਡ ਹੈ ਇਹ ਜਰਨਲ ਕੈਟੇਗਰੀ ਦੀ ਮਹਿਲਾ ਵਰਗ ਵਾਸਤੇ ਰਿਜ਼ਰਵ ਰੱਖੇ ਗਏ ਆ ਇਸੇ ਤਰ੍ਹਾਂ ਹੀ ਜਿਹੜੇ 9 ਹੈ ਅਨੁਸੂਚਿਤ ਜਾਤੀ ਵਾਸਤੇ ਰਿਜ਼ਰਵ ਰੱਖੇ ਗਏ ਉਹਨਾਂ ਵਿੱਚੋਂ ਬੁਰਜ ਪੰਗੂ ਨੇਜਾ ਡੇਲਾ ਖੁਰਦ ਮੱਲੇਵਾਲਾ ਨਾਗੋਕੀ ਸੁਖਚੈਨ ਸੇਖੂਪੁਰੀਆ ਇਹ ਜਿਹੜੇ SC ਵਰਗ ਵਾਸਤੇ ਆ ਔਰ ਇਹਦੇ ਨਾਲ ਹੀ SC ਵਰਗ ਦੀ ਅਨੁਸੂਚਿਤ ਜਾਤੀ ਦੀ ਜਿਹੜੀ ਮਹਿਲਾ ਵਰਗ ਵਾਸਤੇ ਜਿਹੜੇ ਸਰਪੰਚ ਪਾਸਦੇ ਹੈ ਉਹ ਭਾਗਸਰ ਛਤਰੀਆਂ ਅਤੇ ਖੂਹੀਆਂ ਨੇਪਾਲਪੁਰ ਹੈ ਇਹ ਪਿੰਡ ਹੈ ਜਿਹੜੇ ਰਿਜ਼ਰਵ ਰੱਖੇ ਗਏ ਹੈ ਇਸੇ ਤਰ੍ਹਾਂ ਹੀ ਪੰਚਾਇਤ ਸਮਿਤੀ ਦੇ ਜਿਹੜੇ 23 ਵਾਰਡ ਹੈ 23 ਵਾਰਡਾਂ 'ਚੋਂ 9 ਵਾਰਡ ਹੈ ਜਿਹੜੇ ਅਨੁਸੂਚਿਤ ਜਾਤੀ ਵਾਸਤੇ ਆਰਕਸ਼ਿਤ ਕੀਤੇ ਗਏ ਆ ਔਰ 3 ਹੈ ਜਿਹੜੇ ਉਹ ਮਹਿਲਾ ਵਾਸਤੇ ਇਹਨਾਂ 'ਚੋਂ ਔਰ 5 ਪਦ ਹੈਗੇ ਜਿਹੜੇ ਜਰਨਲ ਮਹਿਲਾ ਵਾਸਤੇ 23 ਵਾਰਡ ਜਿਹੜੇ ਪੰਚਾਇਤ ਸਮਿਤੀ ਦੀ ਗੱਲ ਕਰ ਰਹੇ ਹਾਂ ਅਸੀਂ ਔਰ ਇਸੇ ਤਰ੍ਹਾਂ ਹੀ ਕੁੱਲ ਹੈ ਜਿਹੜੇ ਵੱਡਾ ਗੁੜਾ ਬਲਾਕ ਦੇ 5 ਪਦ ਹੈਗੇ 436 ਵਾਰਡ ਹੈ 436 ਵਾਰਡਾਂ 'ਚੋਂ SC ਕੈਟੇਗਰੀ ਯਾਨੀ ਕਿ ਅਨੁਸੂਚਿਤ ਜਾਤੀ ਵਾਸਤੇ ਜਿਹੜਾ 161 ਓਪਨ ਵਰਗ ਵਾਸਤੇ 233 ਅਤੇ ਜਿਹੜੇ ਮਹਿਲਾ ਜਰਨਲ ਵਰਗ ਦੀ ਆ ਉਹ 90 ਹੈ ਜਿਹੜੇ ਉਹ 5 ਪਦ ਹੈ ਜਿਹੜੇ ਉਹ ਰਿਜ਼ਰਵ ਰੱਖੇ ਗਏ ਹੈ ਇਸੇ ਤਰ੍ਹਾਂ ਹੀ ਅਲੱਗ ਅਲੱਗ ਜਿਹੜੇ ਹੋਰ ਬਲਾਕਾਂ ਦੀ ਵੀ ਹੈ ਅਪਡੇਟ ਆ ਉਹ ਜਿਹੜੀ ਜਾਰੀ ਕੀਤੀ ਗਈ ਹੈ ਲਿਸਟ ਕੀਤੀ ਗਈ ਹੈ ਔਰ ਲਗਭਗ ਜਿਹੜੇ 6ਵੇਂ ਪੰਚਾਇਤੀ ਚੁਣਾਵਾਂ ਲੈ ਕੇ ਜਿਹੜੀਆਂ ਉਹ ਤਿਆਰੀਆਂ ਚੱਲ ਰਹੀਆਂ ਤੁਹਾਨੂੰ ਦੱਸ ਦਈਏ ਕਿ 6 ਮਹੀਨੇ ਕਰੀਬ 6-7 ਮਹੀਨੇ ਰਹਿ ਗਏ ਹੈ ਔਰ ਇਹਨਾਂ ਦਾ ਸਰਪੰਚ ਪਦ ਦਾ ਜਿਹੜਾ ਉਹ ਕਾਰਿਆਕਾਲ ਸਮਾਪਤ ਹੋ ਜਾਊਗਾ ਔਰ ਕੋਰੋਨਾ ਦੇ ਕਰਕੇ ਸ਼ਾਇਦ ਇਹ ਲੇਟ ਵੀ ਹੋ ਸਕਦੇ ਹੈ ਕੋਈ ਵੀ ਹੋਰ ਅਪਡੇਟ ਹੋਈ ਉਹ ਤੁਹਾਨੂੰ ਦੇਵਾਂਗੇ ਇਸੇ ਤਰ੍ਹਾਂ ਹੀ ਵੱਡਾ ਗੁੜਾ ਬਲਾਕ ਅਤੇ ਡੱਬਵਾਲੀ ਦੇ ਵੀ ਜਿਹੜੇ ਸਰਪੰਚ ਪਦ ਦੇ ਹੈਗੇ ਜਿਹੜੇ ਉਹ ਅੱਜ ਰਿਜ਼ਰਵੇਸ਼ਨ ਵੀ ਜਿਹੜੇ ਡਰਾਅ ਕੱਢੇ ਗਏ ਹੈ ਦੋਸਤੋ ਹੋਰ ਜਾਣਕਾਰੀ ਵਾਸਤੇ ਸਾਡੇ ਚੈਨਲ ਨਾਲ ਜੁੜੇ ਰਹੋ ਜੇਕਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਪ੍ਰੈਸ ਜ਼ਰੂਰ ਕਰਿਓ ਤਾਂ ਕਿ ਆਉਣ ਵਾਲੀ ਹਰ ਖਬਰ ਤੁਹਾਨੂੰ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਬਹੁਤ ਬਹੁਤ ਧੰਨਵਾਦ ਦੋਸਤੋ ਜੇਕਰ ਅਜੇ ਤੱਕ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਪ੍ਰੈਸ ਜ਼ਰੂਰ ਕਰਿਓ ਤਾਂ ਕਿ ਆਉਣ ਵਾਲੀ ਹਰ ਖਬਰ ਦਾ ਨੋਟੀਫਿਕੇਸ਼ਨ